ਕੁਸ਼ਚਨ ਹੈ ਸਰ, ਆਈ ਐਮ ਗੋਇੰਗ ਟੂ ਸੈਕਿੰਡ ਸੈਮ ਬੀਐਡ ਦੇ ਐਗਜ਼ਾਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਔਰ ਆਈ ਵਾਂਟ ਟੂ ਬੀ ਐਡੀਸ਼ਨਲ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ। ਆਈ ਹੈਵ ਗ੍ਰੈਜੂਏਟਡ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸਰ, ਯੂ ਟੋਲਡ ਹੈ ਯੂ ਹੈ ਸਬਮਿਟ ਮਾਈਗ੍ਰੇਸ਼ਨ। ਹਾਂ, ਬਿਲਕੁਲ ਠੀਕ ਹੈ। ਦੇਖੋ, ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੈਕਿੰਡ ਸੈਮ ਕਰ ਰਹੇ ਹੋ, ਇਟ ਮੀਨਸ ਐਡੀਸ਼ਨਲ ਪੇਪਰ ਕਰਨੇ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੀ ਕਰ ਸਕਦੇ ਹਾਂ। ਤਾਂ ਮਾਈਗ੍ਰੇਸ਼ਨ ਤੁਹਾਨੂੰ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਪਟਿਆਲਾ ਯੂਨੀਵਰਸਿਟੀ 'ਚ ਸਬਮਿਟ ਕਰਵਾਉਣਾ ਹੈ। ਅਤੇ ਐਡੀਸ਼ਨਲੀ ਕਿਹੜੇ ਡਾਕੂਮੈਂਟ ਤੁਸੀਂ ਦੇਣੇ ਆ, ਇਹ ਕੁਸ਼ਚਨ ਪੁੱਛਿਆ ਹੈ। ਐਡੀਸ਼ਨਲ ਪੇਪਰ ਲਈ ਹੋਰ ਡਾਕੂਮੈਂਟ ਕੋਈ ਯੂਨੀਵਰਸਿਟੀ, ਵੈਸੇ ਜਦੋਂ ਬੀਐਡ ਵੀ ਤੁਸੀਂ ਕੀਤੀ ਹੈ ਐਡੀਸ਼ਨਲ ਨਹੀਂ ਲਏ ਜੇ ਤੁਸੀਂ ਪੰਜਾਬ ਵਿੱਚੋਂ ਹੀ ਹੋ, ਇਸ ਲਈ ਡਾਕੂਮੈਂਟ ਜੇ ਚਾਹੀਦਾ ਹੋਏਗਾ, ਤੁਹਾਡਾ ਗ੍ਰੈਜੂਏਸ਼ਨ ਦਾ ਚਾਹੀਦਾ ਹੋਏਗਾ, ਕਿਉਂਕਿ ਗ੍ਰੈਜੂਏਸ਼ਨ ਜਿਸ ਨੇ ਕੰਪਲੀਟ ਕੀਤੀ ਹੈ ਉਹੀ ਐਡੀਸ਼ਨਲ ਪੇਪਰ ਦੇ ਸਕਦਾ ਹੈ। ਫਸਟ ਸੈਮ ਵਿੱਚ ਸਪਲੀ ਹੈ, ਅਤੇ ਹੁਣ ਸੈਕਿੰਡ ਈਅਰ 'ਚ ਪੀ ਐਸ ਟੈਟ ਲਈ ਐਲੀਜੀਬਲ। ਬਿਲਕੁਲ ਐਲੀਜੀਬਲ ਹੋ, ਜਦੋਂ ਐਡਮਿਸ਼ਨ ਹੋ ਗਈ ਹੈ ਬੇਸ਼ੱਕ ਸਪਲੀ ਹੈ, ਕਿਉਂਕਿ ਬੀਐਡ ਵਿੱਚ ਸਪਲੀ ਰਹਿੰਦੀ ਨਹੀਂ ਹੈ, ਨੋਰਮਲੀ ਟੁੱਟ ਜਾਂਦੀ ਹੈ, 1-2% ਸਪਲੀਆਂ ਹੁੰਦੀਆਂ ਨੇ। ਸੋ ਮਾੜੀ ਜੀ ਮਿਹਨਤ ਦੀ ਅਤੇ ਸਮਝ ਦੀ ਜ਼ਰੂਰਤ ਹੈ, ਹੋ ਜਾਏਗੀ। ਸਰ, ਬੀ ਏ ਐਡੀਸ਼ਨਲ ਐਗਜ਼ਾਮ ਕਲੈਸ਼ ਰਿਲੇਟਡ ਐਪਲੀਕੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਕੇ ਆਉਣੀ ਕੰਪਲਸਰੀ ਹੈ, ਜਾਂ ਤੁਹਾਨੂੰ ਮੋਟੋ ਐਵਰੀ ਸਟੂਡੈਂਟ ਨੂੰ ਚਾਂਸ ਮਿਲੇਗਾ? ਨਹੀਂ, ਇਸ ਤਰ੍ਹਾਂ ਨਹੀਂ ਹੈ ਕਿ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੂੰ ਚਾਂਸ ਮਿਲੇਗਾ, ਪਰ ਇਹ ਹੈ ਕਿ ਫੋਰ ਐਗਜ਼ਾਮਪਲ ਇੱਕ ਕਲੈਸ਼ ਬਾਰੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਨਹੀਂ ਹੈ, ਤਾਂ ਯੂਨੀਵਰਸਿਟੀ ਉਸਦੀ ਉਹ ਦੋ ਪੇਪਰਾਂ ਦੇ ਕਲੈਸ਼ ਬਾਰੇ ਕੋਈ ਇੰਤਜ਼ਾਮਾਂ ਤਾਂ ਨਹੀਂ ਕਰੇਗੀ। ਮਿਨੀਮਮ 1 ਐਪਲੀਕੇਸ਼ਨ ਹਰ ਹਾਲਤ ਵਿੱਚ ਜ਼ਰੂਰ ਜਾਣੀ ਚਾਹੀਦੀ ਹੈ। ਦੈਟ ਇਜ਼ ਵਾਈ ਹੁਣ ਪਤਾ ਨਹੀਂ ਹੈ ਕਿ ਤੁਹਾਡਾ ਜਿਹੜਾ ਕੰਬੀਨੇਸ਼ਨ ਜਿਹੜਾ ਕਲੈਸ਼ ਹੈ ਉਹਦੇ ਬਾਰੇ ਐਪਲੀਕੇਸ਼ਨ ਗਈ ਹੈ ਕਿ ਨਹੀਂ। ਦੈਟ ਇਜ਼ ਵਾਈ ਅਪਰੋਚ ਕਰ ਲੈਣੀ ਚਾਹੀਦੀ ਹੈ। ਸਰ, ਬੀ ਐਡ ਕੀ ਐਡਮਿਸ਼ਨ ਕੇ ਲਈ ਕੌਨ ਸੀ ਸਾਈਟ ਚੈੱਕ ਕਰਨੀ ਹੈ? ਸਰ, ਮੈਂ ਬੀ ਏ ਐਮ ਏ ਪੋਲੀਟੀਕਲ ਸਾਇੰਸ, ਬੀ ਏ ਐਮ ਏ ਪੋਲੀਟੀਕਲ ਸਾਇੰਸ ਐਂਡ ਬੀ ਐਡ ਕਰ ਰਹੀ ਹੂੰ, ਤੋ ਕਿਆ ਮੈਂ ਪੀ ਐਸ ਟੈਟ ਕਾ ਐਗਜ਼ਾਮ ਦੂੰ ਜਾਂ ਸੀ ਟੈਟ ਕਾ? ਦੋਨੋਂ ਦੋ ਆਪ, ਕਿਉਂਕਿ ਸਿਲੇਬਸ ਲਗਭਗ ਸੇਮ ਹੈ। ਦੂਸਰੀ ਬਾਤ ਹੈ, ਪੀ ਐਸ ਟੈਟ ਸੇ ਆਪ ਪੰਜਾਬ ਗੌਰਮੈਂਟ ਮੇਂ ਜੋ ਸਕੂਲ ਹੈ, ਪੰਜਾਬ ਗੌਰਮੈਂਟ ਸੇ ਐਫੀਲੇਟਡ ਸਕੂਲਸ ਹੈ, ਉਨਮੇਂ ਟੀਚਰ ਲੱਗਣਾ ਚਾਹਤੇ ਹੋ, ਤੋ ਪੀ ਐਸ ਟੈਟ ਕਾਮ ਆਏਗਾ। ਅਗਰ ਸੀ ਟੈਟ ਦੋਗੇ ਤੋ ਸੈਂਟਰਲ ਕੀ ਜੋਬ ਜੋ ਹੈ, ਕੇਂਦਰੀ ਵਿਦਿਆਲੇ ਹੈ, ਜਾਂ ਪ੍ਰਾਈਵੇਟ ਸਕੂਲ ਜੋ ਸੀ ਬੀ ਐਸ ਈ ਸੇ ਐਫੀਲੇਟਡ ਹੈ, ਉਸਮੇਂ ਆਪ ਕਰ ਸਕਤੇ ਹੋ ਜੋਬ, ਤੋ ਦੋਨੋਂ ਦੇ ਸਕਤੇ ਹੋ। ਐਸਾ ਨਹੀਂ ਹੈ ਕਿ ਆਪਕੋ ਏਕ ਦੇਣਾ ਚਾਹੀਏ। ਗੁੱਡ ਆਫਟਰਨੂਨ। ਕੰਸਟਰਕਸ਼ਨ ਆਫ ਵੇਰੀਅਸ ਟੈਸਟ ਆਈਟਮ ਬਲੂ ਪ੍ਰਿੰਟ ਆਫ ਕੁਸ਼ਚਨ ਪੇਪਰ, ਮੁਝੇ ਇਹ ਬਤਾਇਆ ਕਰੋ ਕਿ ਕੌਨ ਸੇ ਪੇਪਰ ਕਾ ਹੈ, ਮੈਂ ਕਰਵਾ ਦਿੱਤਾ ਹੂੰ ਇਹ ਵੀ। ਯੂ ਕੈਨ ਹੈਲਪ ਮੀ ਪਲੀਜ਼ ਅਬਾਊਟ ਵਟ ਵਿਲ ਬੀ ਦਾ ਕੰਬੀਨੇਸ਼ਨ ਫੋਰ ਬੋਟਨੀ ਐਂਡ ਜ਼ੂਲੋਜੀ? ਆਪਕਾ ਲਾਈਫ ਸਾਇੰਸ ਬਣ ਰਹਾ ਹੈ। ਦੇਖੀਏ, ਆਪਨੇ ਜਬ ਯੇ ਐਸਾ ਕੁਸ਼ਚਨ ਪੁੱਛਣਾ ਹੈ, ਤੋ ਆਪਨੇ ਗ੍ਰੈਜੂਏਸ਼ਨ ਮੇਂ ਯੇ ਰਹਾ ਕਹਾਂ ਗਿਆ, ਯਹਾਂ ਰਹਾ, ਗ੍ਰੈਜੂਏਸ਼ਨ ਹੈ ਨਾ, ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਹੈ ਵੀ। ਗ੍ਰੈਜੂਏਸ਼ਨ ਮੇਂ ਸਬਜੈਕਟ ਆਪਨੇ ਬੋਟਨੀ ਇੱਕ ਬੋਲ ਦਿਆ, ਇੱਕ ਜ਼ੈਡ ਸੇ ਜ਼ੂਲੋਜੀ ਬੋਲ ਦਿਆ, ਤੋ ਬਾਕੀ ਕੌਣ ਸੇ ਪੜ੍ਹੇ ਹੈ ਵੋ ਵੀ ਬਤਾਨੇ ਚਾਹੀਏ, ਕਿਉਂਕਿ ਅਗਰ ਯੇ ਤੋ ਆਪਕਾ ਲਾਈਫ ਸਾਇੰਸ ਬਨਤਾ ਹੈ, ਯੇ ਪੱਕੀ ਬਾਤ ਹੈ, ਦੋਨੋਂ ਲਾਈਫ ਸਾਇੰਸ ਸੇ ਰਿਲੇਟਡ ਹੈ। ਅਗਰ ਆਪਨੇ ਔਰ ਸਬਜੈਕਟ ਵੀ ਪੜ੍ਹੇ ਹੈ ਤੋ ਯੂਨੀਵਰਸਿਟੀ ਕੇ ਮੁਤਾਬਕ, ਦੂਸਰਾ ਆਪਨੇ ਬਤਾਨਾ ਹੈ ਕਿ ਯੂਨੀਵਰਸਿਟੀ ਕੌਣ ਸੇ ਜਾਣਾ ਹੈ, ਨੋਰਮਸ ਬਦਲ ਜਾਤੇ ਹੈ, ਤੋ ਫਿਰ ਆਪ ਸਾਇੰਸ ਕੇ ਲਈ ਐਲੀਜੀਬਲ ਹੋ ਜਾਓਗੇ। ਐਸੇ ਆਪਨੇ ਅਧੂਰਾ ਬਤਾਇਆ ਹੈ, ਤੋ ਮੈਂ ਸਿਰਫ ਯੇ ਕਹਿਤਾ ਦੂੰ, ਲਾਈਫ ਸਾਇੰਸ ਕੇ ਲਈ ਆਪ ਪੱਕਾ ਐਲੀਜੀਬਲ ਹੋ, ਕਿਸੀ ਯੂਨੀਵਰਸਿਟੀ ਮੇਂ ਆਪ ਸਾਇੰਸ ਕੇ ਲਈ ਵੀ ਐਲੀਜੀਬਲ ਹੋ ਸਕਤੇ ਹੈ, ਇਸ ਲਈ ਆਪਕੋ ਯੂਨੀਵਰਸਿਟੀ ਔਰ ਸਵੇਰੇ ਆਪਨੇ ਨੋਰਮਲ ਜੋ ਜਨਰਲ ਸਬਜੈਕਟ ਹੈ, ਇੱਕ ਇੰਗਲਿਸ਼ ਜਾਂ ਪੰਜਾਬੀ ਪੜ੍ਹੇ ਹੈ, ਵੋ ਵੀ ਬਤਾਈਏ, ਤੋ ਪੂਰਾ ਕੰਬੀਨੇਸ਼ਨ ਆਪਕਾ ਬਣਾ ਦੂੰਗਾ ਕਿ ਆ ਬੈਸਟ ਰਹੇਗਾ। ਸਾਇੰਸ ਕੇ ਲਈ ਅਗਰ ਮਿਲਤੀ ਐਡਮਿਸ਼ਨ ਲੈ ਲੈਣੀ ਚਾਹੀਏ। ਸਰ, ਪ੍ਰੀਵੀਅਸ ਈਅਰ ਪੇਪਰ ਕਿੱਥੋਂ ਸਾਰੇ ਇੰਤਜ਼ਾਮ ਕਰ ਰਿਹਾ ਹਾਂ, ਮੈਂ ਇੱਕ ਵੀਡੀਓ ਦੇ ਵਿੱਚ ਸਾਰਾ ਹੀ ਗਾਈਡ ਕਰਦਾ ਹਾਂ। ਬੀ ਐਡ ਐਂਟਰਸੈਸ ਦੀ ਜਲਦੀ ਤਿਆਰੀ ਤੁਹਾਡੇ ਕਰਨ ਲਈ ਕੋਈ ਤਿਆਰੀ ਕਰ ਰਿਹਾ ਹਾਂ, ਅਤੇ
ਉਸ ਨੂੰ ਇੱਕ ਬਹੁਤ ਸਿਸਟੇਮੈਟਿਕ ਕਿ ਤੁਹਾਨੂੰ ਉਲਝਣ ਘੱਟ ਹੋਵੇ, ਅੱਗੇ ਜਾ ਕੇ ਟੈਟ ਦੀ ਤਿਆਰੀ, ਸੀ ਟੈਟ ਦੀ ਤਿਆਰੀ ਇਸੇ ਟੈਸਟ ਨਾਲ ਉਹ ਕਿੱਦਾਂ ਰਿਲੇਟ ਹੋ ਸਕਦਾ, ਸਾਰਾ ਕੁਝ ਈਜ਼ੀਲੀ ਸਾਰਾ ਕੁਝ ਕਰਨ ਦੀ ਕਰ ਰਿਹਾ ਹਾਂ। ਥੋੜ੍ਹਾ ਜਿਹਾ ਸੋਫਟਵੇਅਰ ਹੈ ਜਿਹੜੇ ਜਿਹਨਾਂ 'ਚ ਤੁਸੀਂ ਐਂਟਰ ਹੋ ਕੇ ਜਲਦੀ ਅਤੇ ਜ਼ਿਆਦਾ ਲਰਨ ਕਰ ਸਕਦੇ ਹਾਂ। ਸਰ, ਕਿਆ ਆਫਟਰ ਮਾਸਟਰ ਕੇਡਰ ਸਾਇੰਸ ਆਈ ਡੂ ETT ਔਰ ਕਿਆ ਆਫਟਰ ਮਾਸਟਰ ਕੇਡਰ ਸਾਇੰਸ, ਮੈਨੂੰ ਕੁਸ਼ਚਨ ਨਹੀਂ ਸਮਝ ਆਇਆ, ਆਈ ਡੂ ETT ਔਰ ਨੋਟ? ਨਹੀਂ, ਆਪ ਮਾਸਟਰ ਕੇਡਰ ਅਗਰ ਕਲੀਅਰ ਕਰ ਚੁੱਕੇ ਹੋ ਤੋ ਫਿਰ ਆਪਕੋ ETT ਮੇਂ ਕਿਆ ਆਨੇ ਕੀ ਜ਼ਰੂਰਤ ਹੈ? ਅਗਰ ਮਾਸਟਰ ਕੇਡਰ ਕੀ ਤਿਆਰੀ ਕਰ ਰਹੇ ਹੋ, ETT ਕਰਨਾ ਚਾਹਤੇ ਤੋ ਬੈਟਰ ਹੈ ETT ਕਰ ਲੈਣੀ ਚਾਹੀਏ, ਕਿਉਂਕਿ ਈਜ਼ੀ ਜੋਬ ਮਿਲ ਜਾਤੀ ਹੈ ਅਗਰ ਆਪ PS TET ਕਲੀਅਰ ਕਰ ਲੈਤੇ ਹੋ। ਸਰ, ETT ਦੀ ਐਡਮਿਸ਼ਨ ਦੀ ਹਜੇ ਤੱਕ ਪਿਛਲੀ ਥਰਡ ਕਾਉਂਸਲਿੰਗ ਚੱਲ ਰਹੀ ਹੈ, ਇਸ ਲਈ ਨਵੀਂ ਦਾ ਕੋਈ ਚਾਂਸ ਨਹੀਂ ਦਿਖਾਈ ਦੇ ਰਿਹਾ, ਪਰ ਮੈਨੂੰ ਕੁਸ਼ਚਨ ਪੁੱਛਦੇ ਰਹੋ, ਮੈਂ ਅਗਲੇ ਵੀਡੀਓ ਇੱਕ ਦੋ ਚ ਅਪਡੇਟ ਪਾ ਦਿੰਦਾ ਹਾਂ। ਪਲੀਜ਼ ਗਾਈਡ ਮੀ ਅਕੋਰਡਿੰਗ ਟੂ ਸਿਲੇਬਸ, ਸਾਰਾ ਗਾਈਡ ਕਰਦਾ ਹਾਂ ਬੀ ਐਂਡ ਐਂਟਰੈਂਸ ਟੈਸਟ ਦੀ, ਕੋਈ ਫਿਕਰ ਨਾ ਕਰੋ। ਧੰਨਵਾਦ ਸਰ, ਬਹੁਤ ਕਰ ਚੁੱਕਾ। ਅੱਛਾ ਸਰ, MA ਅਤੇ BEd ਸਾਈਡ ਬਾਏ ਸਾਈਡ ਕਰਨੀ, ਯੂਨੀਵਰਸਿਟੀ ਜਾਂ ਕਾਲਜ ਹੈ ਅਤੇ ਰੈਗੂਲਰ ਹੈ ਹੋਵੇਗੀ, ਨੋਨ ਅਟੈਂਡਿੰਗ ਹੋ ਸਕਦੀ ਹੈ, ਕਿਆ 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 ਕਿਆ? MA ਅਤੇ BEd ਸਾਈਡ ਬਾਏ ਸਾਈਡ ਕਰਨੀ ਹੈ ਯੂਨੀਵਰਸਿਟੀ? ਦੇਖੋ, BEd ਤੁਸੀਂ ਰੈਗੂਲਰ ਹੀ ਕਰੋਗੇ ਨੋਰਮਲੀ, ਜੇ ਤੁਸੀਂ BEd ਦੀ ਓਪਨ ਯੂਨੀਵਰਸਿਟੀ ਤੋਂ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੈ, ਮੈਨੂੰ ਤੁਹਾਡਾ ਉਹ ਕੇਸ ਨਹੀਂ ਹੈ ਪਤਾ। ਮੇਰੇ ਮੁਤਾਬਕ ਤੁਹਾਡਾ ਰੈਗੂਲਰ BEd ਬਣ ਰਿਹਾ ਹੈ, ਠੀਕ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਸਾਰੇ ਇੰਡੀਆ ਵਿੱਚ ਸਟੂਡੈਂਟਸ ਜਿਹੜੇ ਆ 80% ਸਟੂਡੈਂਟ ਨਹੀਂ ਜਾ ਰਹੇ, ਤ੍ਰਾਸਦੀ ਹੈ, ਪਰ ਮੈਂ ਇੱਥੇ ਗਾਈਡ ਕਰਾਂ ਕਿ ਨੋਨ ਅਟੈਂਡਿੰਗ ਕਰ ਲਓ, ਇਸ ਤਰ੍ਹਾਂ ਨਹੀਂ, ਕਿਉਂਕਿ ਅੰਦਰੋਂ ਮੈਂ ਇਸ ਦੇ ਫੇਵਰ ਵਿੱਚ ਨਹੀਂ ਹਾਂ, ਪਰ ਇਹ ਨਹੀਂ ਹੈ ਕਿ ਮੈਂ ਤੁਹਾਡਾ ਕੋਈ ਨੁਕਸਾਨ ਕਹਾਂ ਕਿ ਇਸ ਤਰ੍ਹਾਂ ਨਹੀਂ, ਆਈਡੀਅਲ ਬਣ ਜਾਓ, ਮੈਂ ਇਸ ਤਰ੍ਹਾਂ ਨਹੀਂ ਕੁਝ ਵੀ ਕਹਾਂਗਾ। ਅੱਛਾ, MA ਤੁਸੀਂ ਕਿਸੇ ਓਪਨ ਯੂਨੀਵਰਸਿਟੀ ਤੋਂ ਕਰ ਸਕਦੇ ਹੋ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਹੈ ਜਾਂ ਪੰਜਾਬ ਦੀ ਜਿਹੜੀ ਓਪਨ ਯੂਨੀਵਰਸਿਟੀ ਹੈ ਉਸ ਤੋਂ ਵੀ ਤੁਸੀਂ ਨਾਲ ਨਾਲ ਕਰ ਸਕਦੇ ਹੋ, ਕਈ ਪ੍ਰਾਈਵੇਟ ਯੂਨੀਵਰਸਿਟੀਆਂ ਓਪਨ ਡਿਸਟੈਂਸ ਕਰਵਾਉਂਦੀ ਹੈ, ਉੱਥੋਂ ਵੀ ਤੁਸੀਂ ਕਰ ਸਕਦੇ ਹੋ। ਆਈ ਨੀਡ ਯੋਰ ਗਾਈਡੈਂਸ, ਹਾਂ ਮੈਂ ਗਾਈਡ ਕਰੂੰਗਾ, ਆਪ ਕੁਸ਼ਚਨ ਪੁੱਛੀਏ। ਸਰ, ਪੰਜਾਬੀ ਔਰ ਫਿਜ਼ੀਕਲ 2 ਸਬਜੈਕਟ ਹੈ ਪੈਡਾਗੋਜੀ ਦੇ, ਮੈਂ ਸਰ ਦੋਵੇਂ ਦਾ ਜੋਬ ਲੈਣ ਲਈ ਪੇਪਰ ਦੇ ਸਕਦੀ ਹਾਂ, ਪਲੀਜ਼ ਦੱਸ ਦਿਓ ਕਲਾਸ BEd ਪੰਜਾਬੀ ਅਤੇ ਫਿਜ਼ੀਕਲ ਦੇ 2 ਸਬਜੈਕਟ ਪੈਡਾਗੋਜੀ। ਦੇਖੋ, ਪੰਜਾਬੀ ਦੀਆਂ ਪੋਸਟਾਂ ਜ਼ਿਆਦਾ ਨਿਕਲਣਗੀਆਂ, ਪੰਜਾਬੀ ਦਾ ਤੁਹਾਡਾ ਇਲੈਕਟਿਵ ਸਬਜੈਕਟ 'ਚ ਪੜ੍ਹਿਆ ਹੋਇਆ ਹੈ, ਪੈਡਾਗੋਜੀ ਔਫ ਪੰਜਾਬੀ ਪੜ੍ਹ ਲਿਆ ਹੈ, ਫਿਰ ਤੁਸੀਂ ਗੌਰਮੈਂਟ ਜੋਬ ਲਈ ਇਹਦੇ ਲਈ ਐਲੀਜੀਬਲ ਹੋ, ਹੈ ਨਾ? ਨੰਬਰ ਕਿੰਨੇ ਹਨ ਮੈਨੂੰ ਨਹੀਂ ਪਤਾ, ਇਸ ਤਰ੍ਹਾਂ ਤੁਸੀਂ ਗੌਰਮੈਂਟ ਜੋਬ ਲਈ ਐਲੀਜੀਬਲ ਬਣਦੇ ਹੋ। ਦੂਸਰਾ, ਫਿਜ਼ੀਕਲ ਦਾ ਤੁਹਾਡਾ ਹੈ, ਫਿਜ਼ੀਕਲ ਸਾਇੰਸ ਗਏ? ਨਹੀਂ, ਫਿਜ਼ੀਕਲ ਐਜੂਕੇਸ਼ਨ ਹੋਏਗਾ। ਫਿਜ਼ੀਕਲ ਐਜੂਕੇਸ਼ਨ ਦਾ ਜੇ ਹੈ ਤਾਂ ਤੁਸੀਂ ਫਿਜ਼ੀਕਲ ਐਜੂਕੇਸ਼ਨ ਲਈ ਐਲੀਜੀਬਲ ਹੋ। ਅਤੇ ਤੀਸਰਾ ਸਬਜੈਕਟ ਤੁਹਾਡਾ ਕਿਹੜਾ ਹੈ, ਉਸ ਦੇ ਬੇਸ 'ਤੇ ਅਗਲਾ ਗਾਈਡ ਕੀਤਾ ਜਾ ਸਕਦਾ ਹੈ। ਮੈਨੂੰ ਇਹ ਕੁਸ਼ਚਨ ਪੂਰੀ ਤਰ੍ਹਾਂ ਕਲੀਅਰ ਨਹੀਂ ਹੈ, ਸੋ ਤੁਸੀਂ ਇਹ ਜੇ ਤੁਸੀਂ ਇਹ 3 ਸਾਲ ਪੜ੍ਹਿਆ ਹੋਇਆ ਹੈ ਗ੍ਰੈਜੂਏਸ਼ਨ ਵਿੱਚ, ਇਹ ਵੀ 3 ਸਾਲ ਪੜ੍ਹਿਆ ਹੋਇਆ ਇਲੈਕਟਿਵ ਪੰਜਾਬੀ, ਤਾਂ ਤੁਸੀਂ ਦੋਨਾਂ ਲਈ ਐਲੀਜੀਬਲ ਹੋ। ਕਈ ਵਾਰੀ ਫਿਜ਼ੀਕਲ ਐਜੂਕੇਸ਼ਨ ਦੇ ਪੋਸਟਿਆਂ ਲਈ 1 ਈਅਰ ਡਿਪਲੋਮਾ ਪਲੱਸ ਮੰਗਦੇ ਹੁੰਦੇ ਆ, ਪਿੱਛੇ ਆਇਆ, ਇਸ ਦੀ ਕਲੈਰਿਟੀ ਬਾਅਦ ਵਿੱਚ ਕਰ ਦਿੱਤੀ ਜਾਏਗੀ ਸਪੈਸ਼ਲ ਕੇਸ ਦੇ ਵਿੱਚ। ਮੈਂ ਸਾਰੇ ਪੇਪਰ ਦੇ ਦਿਆਂਗਾ, ਲੇਕਿਨ ਸਾਰਿਆਂ ਨੂੰ ਤਿਆਰ ਕਰ ਰਿਹਾ, ਇਕੱਠੇ ਸਾਰਿਆਂ ਲਈ ਹੋ ਸਕਣ। ਜਿਹੜੇ ਤੁਸੀਂ ਪੁੱਛ ਰਹੇ ਹੋ ਕਿ BEd ਐਂਟਰੈਂਸ ਟੈਸਟ ਦੇ ਪ੍ਰੀਵੀਅਸ ਪੇਪਰ, ਪੰਜਾਬੀ ਇੰਗਲਿਸ਼ ਹੈ, ਜਨਰਲ ਮੈਂਟਲ ਐਬਿਲਿਟੀ ਹੈ, ਟੀਚਿੰਗ ਪੋਟੈਂਸ਼ੀਅਲ ਹੈ, ਟੀਚਿੰਗ ਐਪਟੀਟਿਊਡ ਜਾਂ ਹੈ, ਹੈ ਨਾ, ਜਨਰਲ ਅਵੇਅਰਨੈਸ ਹੈ। ਸਰ, ਮੈਂ BEd SEM ਦੇ ਐਗਜ਼ਾਮ ਦੇ ਰਹੀ ਹਾਂ, PS TET 3rd 'ਚ ਮੇਰਾ ਜੇ ਕਲੀਅਰ ਹੁੰਦਾ ਹੈ ਤਾਂ ਮੰਨਿਆ ਵੈਲਿਡ, 100% ਵੈਲਿਡ ਮੰਨਿਆ ਜਾਏਗਾ। ਸਰ, ਮੈਂ 2021 ਵਿੱਚ BEd ਵਿੱਚ ਐਡਮਿਸ਼ਨ ਲਈ ਸੀ,
ਤੇ ਉਸ ਤੋਂ ਬਾਅਦ ਮੈਂ ਸਟੱਡੀ ਲਈ ਨਹੀਂ ਕਰ ਪਾਈ ਤੇ ਫਸਟ ਸੈਮ ਕਲੀਅਰ ਹੈ। ਮੈਂ ਪੰਜਾਬੀ ਯੂਨੀਵਰਸਿਟੀ ਅੰਡਰ ਕਾਲਜ ਵਿੱਚ ਐਡਮਿਸ਼ਨ ਲਈ ਸੀ ਕਿ ਮੈਨੂੰ ਦੁਬਾਰਾ ਫਸਟ ਸੈਮ ਕਲੀਅਰ ਕਰਨਾ ਪਏਗਾ। 8427458843 ਤੇ ਮੇਰੇ ਨਾਲ ਗੱਲ ਕਰੋ, ਮੈਂ ਯੂਨੀਵਰਸਿਟੀ ਕੇਸ ਤੁਹਾਡਾ ਡਿਸਕਸ ਕਰਕੇ ਫਿਰ ਕਲੀਅਰ ਦੱਸ ਸਕਦਾ ਹਾਂ। ਮਾਈਗ੍ਰੇਸ਼ਨ ਰਿਲੇਟਡ ਵੀਡੀਓ ਤੇ ਵੀ ਸੋਰੀ ਬਾਰੇ ਵੀ ਵੀਡੀਓ ਮੈਂ ਮਾਈਗ੍ਰੇਸ਼ਨ ਤੇ ਬਣਾਈ ਹੈ, ਬੇਸਿਕ ਜੋ ਮਾਈਗ੍ਰੇਸ਼ਨ ਦਾ ਹੈ ਤੁਸੀਂ ਦੇਖ ਸਕਦੇ ਹੋ। ਸੁਜੈਸ਼ਨ ਪੁੱਛ ਰਹੇ ਨੇ ਬੀਐਡ ਦੇ ਲਈ ਬੁੱਕ, ਬੀਐਡ ਐਂਟਰੈਂਸ ਟੈਸਟ ਲਈ ਅਗਲਾ ਵੀਡੀਓ ਇੱਕ ਆਏਗਾ ਕਿ ਬੀਐਡ ਐਂਟਰੈਂਸ ਟੈਸਟ ਦੀ ਤਿਆਰੀ ਕਿੱਦਾਂ ਕਰਨੀ ਹੈ, ਨਾਲ ਆਈਟੈਪ ਵਾਲੇ ਸਾਰੇ ਬੀਐਡ ਐਂਟਰੈਂਸ ਟੈਸਟ ਵਾਲੇ ਕਿਸ ਤਰ੍ਹਾਂ ਤਿਆਰੀ ਕਰ ਸਕਦੇ ਆ ਔਰ ਕਰ ਨਹੀਂ ਸਕਦੇ, ਉਹਦੇ ਲਈ ਮੈਂ ਪੂਰਾ ਬੇਸ ਤਿਆਰ ਕਰਕੇ ਤੁਹਾਨੂੰ ਦਵਾਂਗਾ। ਸਿਸਟਮੈਟਿਕਲੀ ਹੋਏਗਾ, ਤੁਹਾਡੇ ਵੀਕ ਏਰੀਆ ਜਿਹੜੇ ਹੋਣਗੇ ਤੁਸੀਂ ਉਹਦੇ ਵਿੱਚ ਜ਼ਿਆਦਾ ਪ੍ਰੈਕਟਿਸ ਕਰ ਸਕਦੇ ਹੋ, ਪ੍ਰੈਕਟਿਸ ਸੈੱਟ ਅਟੈਂਪਟ ਕਰ ਸਕਦੇ ਹੋ, ਪਿਛਲੇ ਸਾਲ ਦੇ ਪੇਪਰ ਸੋਲਵ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜੇ ਤੁਸੀਂ ਆਰਟਸ ਹਿਊਮੈਨਿਟੀਜ਼ ਦੇ ਹੋ, ਸਾਇੰਸ ਜਨਰਲ ਅਵੇਅਰਨੈਸ ਤੁਹਾਡੀ ਵੀਕ ਹੈ, ਸਪੋਰਟਸ ਵੀਕ ਹੈ, ਤਾਂ ਤੁਸੀਂ ਇਸ ਤਰ੍ਹਾਂ ਦੇ ਸੈੱਟ ਬਣਾਵਾਂਗਾ ਕਿ ਤੁਸੀਂ ਉਹ ਰਿਟਨ ਵਿੱਚ ਵੀ ਦੇ ਸਕੋ, ਵੀਡੀਓ ਵੀ ਕਰ ਸਕੋ, ਡਾਊਟ ਕਲੀਅਰਿੰਗ ਸੈਸ਼ਨ ਵੀ ਕਰ ਸਕੀਏ, ਉਹ ਸਾਰਾ ਇੱਕ ਪ੍ਰੋਗਰਾਮ ਕੋਰਸ ਉਲੀਕ ਰਿਹਾ ਹਾਂ, ਸੋ ਫਿਕਰ ਨਾ ਕਰੋ। ਆਪ ਪੁੱਛ ਰਹੇ ਹੋ ਕਿ ਹਰਿਆਣਾ ਕੀ ਯੂਨੀਵਰਸਿਟੀ ਵਾਲੇ ਦੇ ਸਕਦੇ ਹਾਂ, ਅਡੀਸ਼ਨਲ ਪੇਪਰ ਹੈ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਤੁਸੀਂ ਦੇ ਸਕਦੇ ਹੋ, ਪਰ ਉਹ ਲੈਂਗੁਏਜ ਦੇ ਹੀ ਲੈਂਦੇ ਆ, ਕਿਸੇ ਵੀ ਸਟੇਟ ਨਾਲ ਸੰਬੰਧਿਤ ਹੋ ਸਕਦੇ ਆ, ਪੰਜਾਬ ਯੂਨੀਵਰਸਿਟੀ ਉਸਦਾ ਵੈਲਕਮ ਕਰਦੀ ਹੈ। ਸਰ ਹਰਿਆਣਾ ਸਟੇਟ ਗ੍ਰੈਜੂਏਸ਼ਨ ਵਾਲੇ ਦੇ ਸਕਦੇ ਆ ਪੇਪਰ ਇਸ ਯੂਨੀਵਰਸਿਟੀ, ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਨਹੀਂ ਦੇ ਸਕਦੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਦੇ ਸਕਦੇ ਨੇ। ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਰਿਜ਼ਲਟ ਕਦੋਂ ਆਏਗਾ? ਉਹ ਫੋਨ ਨਹੀਂ ਚੱਕਦੇ, ਸਭ ਤੋਂ ਜ਼ਿਆਦਾ ਫੋਨ ਕੀਤੇ ਲੇਕਿਨ ਨਹੀਂ ਚੱਕੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਇਨਕੁਆਇਰੀ ਦੇ ਕੋਆਪਰੇਟਿਵ ਨੇ, ਇਹ ਫੋਨ ਹੀ ਨਹੀਂ ਚੱਕਦੇ, ਕੋਆਪਰੇਸ਼ਨ ਮੈਂ ਕਹਿ ਨਹੀਂ ਸਕਦਾ। ਸਰ ਪਲੀਜ਼ ਪੰਜਾਬੀ ਯੂਨੀਵਰਸਿਟੀ ਬਾਰੇ ਵੀ ਦੱਸ ਦਿਓ ਕਿ ਪੰਜਾਬ ਯੂਨੀਵਰਸਿਟੀ ਬਾਰੇ ਫੋਨ ਨਹੀਂ ਯਾਰ ਚੱਕਦੇ। ਸਰ ਡਾਕੂਮੈਂਟ ਜ਼ਰੂਰ ਦੱਸ ਦਿਓ ਕਿ ਕੀ ਕੀ ਚਾਹੀਦੇ। ਹਾਂ ਮੈਂ ਅਗਲਾ ਵੀਡੀਓ ਇੱਕ ਪਾ ਦਿੰਦਾ ਹਾਂ, ਸੋ ਇਸ ਵੀਡੀਓ 'ਚ ਇੰਨਾ ਕਾਫੀ ਹੈ ਪਿਛਲੇ ਕੁਐਸਚਨ ਦੇ, ਅਗਲਾ ਵੀਡੀਓ ਤੁਹਾਡੇ ਡਾਊਟਸ ਦਾ ਪਾ ਦਿਆਂਗਾ। ਥੈਂਕ ਯੂ।